ਨਰਿੰਦਰ ਸਿੰਘ ਕੁਮਾਰ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਚੋਣ ਲੜ ਰਿਹਾ ਔਰ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਦੇਸ਼ਾਂ ਅਨੁਸਾਰ ਕਿ ਇਸ ਲੋਕ ਸਭਾ ਹਲਕੇ ਤੇ ਬੜੀ ਵੱਡੀ ਗਿਣਤੀ ਵਿੱਚ ਮੇਰੇ ਭਾਈਚਾਰੇ ਦੇ ਲੋਕ ਮੇਰੇ ਸਪੋਰਟਰ ਇੱਥੇ ਵਸਦੇ ਜਿਨ੍ਹਾਂ ਤੋਂ ਮੈਨੂੰ ਭਰਮਾ ਹੁੰਗਾਰਾ ਮਿਲ ਰਿਹਾ ਮੈਨੂੰ ਭਰੋਸਾ ਕਿ ਲੋਕ ਮੈਨੂੰ ਭਾਰੀ ਮਤ ਨਾਲ ਜਿਤਾਉਣਗੇ ਔਰ ਮੈਂ ਇਸ ਲੋਕ ਸਭਾ ਹਲਕਾ ਗੁਰਦਾਸਪੁਰ ਚ ਵੱਡੇ ਪੱਧਰ ਤੇ ਉਦਯੋਗ ਲਗਾਉਣ ਵਿੱਚ ਆਪਣੀ ਪੂਰੀ ਜਾਨ ਲਾ ਦੇਵਾਂਗਾ ਜਿਹਦੇ ਨਾਲ ਨੌਜਵਾਨਾਂ ਔਰ ਔਰਤਾਂ ਲਈ ਵਿਸ਼ੇਸ਼ ਰੁਜ਼ਗਾਰ ਪੈਦਾ ਹੋ ਸਕੇ ਔਰ ਵਿਦਿਆ ਦੇ ਸਾਧਨਾਂ ਦਾ ਅਸੀਂ ਜਿਹੜਾ ਉਹ ਜ਼ਿਆਦਾ ਪ੍ਰਸਾਰ ਕਰਾਵਾਂਗੇ ਕਿ ਜਦ ਲੋਕਾਂ ਕੋਲ ਵਿਦਿਆ ਹੋਵੇਗੀ ਤਾਂ ਅਕਲ ਆਵੇਗੀ ਅਕਲ ਦੇ ਨਾਲ ਮਨੁੱਖ ਆਪਣੀ ਤਰੱਕੀ ਦਾ ਆਪ ਰਾਹ ਤੈਅ ਕਰਦਾ ਔਰਤਾਂ ਨੇ ਵੇਖੋ ਸਾਡੇ ਭੈਣ ਕੁਮਾਰੀ ਮਾਇਆਵਤੀ ਜੀ ਇੱਕ ਮਹਿਲਾ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਸਾਨੂੰ ਕੋਈ ਦੱਸਣ ਦੀ ਲੋੜ ਆ ਕਿ ਔਰਤਾਂ ਨੂੰ ਕਿਵੇਂ ਉੱਚਾ ਚੁੱਕਿਆ ਜਾ ਸਕਦਾ ਮੇਰੀ ਪਾਰਟੀ ਜੋ ਕਰੇਗੀ ਉਹ ਮੈਂ ਮੇਰਾ ਕੀਤਾ ਜਾਣੇਗਾ ਕਿ ਮੈਂ ਉਹਨਾਂ ਕੋਲ ਸਿਫਾਰਿਸ਼ ਕਰੂੰਗਾ ਕਿ ਔਰਤਾਂ ਵਾਸਤੇ ਵਿਦਿਆ ਦੇ ਸਾਧਨ ਔਰ ਰੁਜ਼ਗਾਰ ਦੇ ਸਾਧਨ ਇਸ ਹਲਕੇ ਚ ਜ਼ਿਆਦਾ ਤੋਂ ਜ਼ਿਆਦਾ ਪੈਦਾ ਕੀਤੇ ਜਾਣ।